दोस्तों मैं अमरजोत सिंह बोल रहा हूँ। इस वक्त जून 1 तारीख आ चुकी है, अच्छे ते 5:13 हो चुके हैं। मेरे नाल जुड़े हुए हैं गुरचरण सिंह, जिहड़े कल ही वीज़ा इंटरव्यू फतह करके आए हुए हैं। तो ये जनाब ट्रेनिंग लेके गए थे, कुछ वीज़ा इंटरव्यू जब आया इन्होंने, तो ये तो अपने इन्होंने वाइफ बड़े परेशान सन के भी की बनेगा, किस तरह होएगा, इंटरव्यू के कि सवाल पूछे जाएंगे, किमें आप जवाब देंगे। तो कुछ प्रैक्टिस करने के बाद, कुछ कोचिंग लेने के बाद वीज़ा इंटरव्यू फेस किया इन्होंने कल, तो आओ सुनते हैं कि भी की सीखा इन्होंने, तो सानू कुछ सिखा सकते हैं, तो बाकी होर दूसरे जो लोग सुन रहे हैं उन्होंने कोई सिक्ख्या शायद इन्होंने कुल है। गुरचरण सिंह जी आया नु सत श्रीकाल सर। सत श्रीकाल, किमें रहा कल, किस तरह तुम कल गए, जिस तरह बिल्डिंग में दाखिल हुए, किस तरह की यात्रा रही अंदर जाके, फिर किस तरह वीजा ऑफिसर ने वेलकम वगैरह किया। आवाज तुसी उच्च उच्च बोलो, जरा आवाज नहीं आ रही, जरा आवाज मतलब सर उसे गया जी, मतलब पहले पहुंच गया सी, ਗੁਰਚਰਨ ਤੁਹਾਡੀ ਆਵਾਜ਼ ਆਵਾਜ਼ ਵਿੱਚ ਕੱਟ ਰਹੀ ਹੈ, ਵਾਈਫਾਈ ਵਗੈਰਾ ਹਿੱਲ ਰਿਹਾ ਕੁਛ, ਥੋੜ੍ਹਾ ਜਿਹਾ ਆਵਾਜ਼ ਵਿੱਚ ਕੱਟ ਰਹੀ ਹੈ, ਦੁਬਾਰਾ ਬੋਲੋ ਕੀ ਕਹਿ ਰਹੇ। ਸਰ ਮੈਂ ਸਹੀ ਟਾਈਮ 'ਤੇ ਪਹੁੰਚ ਗਿਆ ਸੀ, 15 ਮਿੰਟ ਪਹਿਲਾਂ ਉੱਥੇ ਮੈਂ ਪਹੁੰਚ ਗਿਆ ਜੀ। ਜੀ ਅਤੇ ਮੈਂ ਇੱਥੋਂ ਪਹਿਲਾਂ ਮਤਲਬ ਐਂਟਰੀ ਵਾਲੇ ਮੇਰੇ ਤੋਂ ਅੱਗੇ 3-4 ਜਾਂਦੇ ਸੀ ਜੀ, ਅਤੇ ਮੈਂ ਵੇਟ ਕਰ ਰਿਹਾ ਸੀ ਆਪਦੇ ਅੰਦਰ ਜਾਣ ਦੀ, ਅਤੇ ਚਲੋ ਮੇਰੇ ਨੰਬਰ ਆਏ, ਕਿਹਾ ਉਹਨਾਂ ਨੇ ਮੇਰਾ ਪਾਸਪੋਰਟ ਵਗੈਰਾ ਅਤੇ ਬੈਗ ਵਗੈਰਾ ਚੈੱਕ ਕੀਤਾ ਜੀ, ਸਾਰਾ ਕੁਛ ਜਿੰਨਾ ਮੈਂ ਅੰਦਰ ਗਿਆ ਜੀ ਸਰ, ਅਤੇ ਥੋੜ੍ਹਾ ਜਿਹਾ ਉੱਚਾ ਬੋਲੋ, ਆਵਾਜ਼ ਤੁਹਾਡੀ ਵਿੱਚ ਨਾ ਦਬ ਰਹੀ ਹੈ, ਉੱਚਾ ਬੋਲੋ ਥੋੜ੍ਹਾ। ਅਤੇ ਉਸ ਤੋਂ ਬਾਅਦ ਸਰ ਮੈਂ ਅੰਦਰ ਗਿਆ ਜੀ, ਅੰਦਰ ਗਿਆ ਪਾਸਪੋਰਟ ਨਾਲ ਗਏ ਸੀ ਜੀ, ਉਹ ਸਾਈਡ 'ਤੇ ਬੈਠ ਗਏ ਜੀ। ਚਲੋ ਉਸ ਤੋਂ ਬਾਅਦ ਮਤਲਬ ਮੈਂ 15 ਕੁ ਮਿੰਟ ਅੰਦਰ ਜਾ ਕੇ ਵੇਟ ਕੀਤੀ, ਵੇਟ ਕਰਨ ਤੋਂ ਬਾਅਦ ਅਤੇ ਮੈਨੂੰ ਅਨਾਊਂਸ ਹੋ ਗਿਆ ਮੇਰਾ ਨਾਮ ਗੁਰਚਰਨ ਸਿੰਘ, ਅਤੇ ਵੀ ਮਤਲਬ 7 ਨੰਬਰ 'ਚ ਮੈਂ ਜਾਣਾ ਸੀ, ਮਤਲਬ ਆਪਾਂ ਬੈਗ ਚੱਕਿਆ ਅਤੇ ਨਾਲ ਆਪਣੇ ਲੈ ਕੇ ਅੰਦਰ ਚਲਾ, ਅਤੇ ਉਹਨਾਂ ਨੇ ਕਹਿ ਤਾ ਵੀ ਪੰਜਾਬੀ 'ਚ ਅਤੇ ਉਹਨਾਂ ਨੇ ਗੁਰਚਰਨ ਸਿੰਘ ਤੁਹਾਡੀ ਆਵਾਜ਼ ਨਾ ਵਿੱਚ ਦੱਬੀ ਜਾਂਦੀ ਹੈ, ਤੁਹਾਡਾ ਵਾਈਫਾਈ 'ਚ ਕੁਛ ਪ੍ਰੋਬਲਮ ਹੈ ਜਾਂ ਬਲੂਟੂਥ ਪ੍ਰੋਬਲਮ ਹੈ, ਥੋੜ੍ਹਾ ਜਿਹਾ ਆਵਾਜ਼ ਉੱਚੀ ਰੱਖੋ ਜਰਾ, ਜਾਂ ਵਾਈਫਾਈ ਦੀ ਪ੍ਰੋਬਲਮ ਹੈ ਸ਼ਾਇਦ, ਜਾਂ ਮਾਈਕਰੋਫੋਨ ਦੀ ਪ੍ਰੋਬਲਮ ਸ਼ਾਇਦ। ਸਰ ਹੋਲਡ ਰੱਖਣਾ ਸਰ, ਮੈਂ ਹੈਡਫੋਨ ਯੂਜ਼ ਕਰ ਰਿਹਾ। ਹਾਂਜੀ ਹੈਡਫੋਨ ਲਾ ਲਓ, ਕੋਈ ਗੱਲ ਨਹੀਂ। ਤੁਸੀਂ ਉਹ ਯੂਜ਼ ਕਰ ਰਹੇ ਹੋ ਬਲੂਟੂਥ ਵਾਲਾ, ਬਲੂਟੂਥ ਯੂਜ਼ ਕਰਦੇ ਹੋ ਕਿ ਵਾਈਫਾਈ, ਕੀ ਯੂਜ਼ ਕਰਦੇ ਹੋ? ਫੋਨ ਤਾਂ ਬਲੂਟੂਥ। ਹਾਂ ਨਹੀਂ ਬਲੂਟੂਥ ਕਾਮਯਾਬ ਨਹੀਂ ਹੈ, ਬਲੂਟੂਥ ਵਿੱਚ ਨਾ ਵਿੱਚ ਵਿੱਚ ਆਵਾਜ਼ ਬ੍ਰੇਕ ਹੁੰਦੀ ਹੈ। ਸਰ ਮੈਂ ਇੱਦਾਂ ਹੀ ਉੱਚੀ ਬੋਲ ਪਾਉਣਾ, ਮੇਰਾ ਹੈਡਫੋਨ ਸ਼ਾਇਦ ਗੱਡੀ 'ਚ ਪਾ। ਚਲੋ ਕੋਈ ਨਹੀਂ, ਚਲੋ ਹਾਂ ਥੋੜ੍ਹੀ ਆਵਾਜ਼ ਉੱਪਰ ਰੱਖਾਂ ਜੀ, ਸਾਰੇ ਹੀ ਸਰ ਆਵਾਜ਼ ਵਿੱਚ ਵਿੱਚ ਨਾ ਵਿੱਚ ਬ੍ਰੇਕ ਹੋ ਜਾਂਦਾ ਕੰਮ, ਚਲੋ ਤੁਸੀਂ ਕੰਟੀਨਿਊ ਕਰੋ। ਓਕੇ ਸਰ, ਮੈਂ ਅੰਦਰ ਗਿਆ ਅਤੇ ਉਸ ਤੋਂ ਬਾਅਦ ਮੇਰਾ ਅਨਾਊਂਸ ਹੋ ਗਿਆ ਜੀ ਨਾਮ, ਅਤੇ ਅਨਾਊਂਸ ਹੋਣ ਤੋਂ ਬਾਅਦ ਚਲੋ ਮੇਰਾ ਅੰਦਰ ਗਿਆ, ਉਹ ਕਹਿੰਦੇ ਕਿ ਇੰਟਰਵਿਊ ਪੰਜਾਬੀ 'ਚ ਲਵਾਂਗੇ, ਜਿਹੜਾ ਮੇਰਾ ਕਾਫੀ ਉਹ ਮਤਲਬ ਕਹਿੰਦੇ ਬਾਹਰ ਬਿਠਾ ਦਿਓ ਉਹਨਾਂ ਨੂੰ, ਮੈਂ ਜੀ ਠੀਕ ਆ। ਓਕੇ ਉਸ ਤੋਂ ਬਾਅਦ ਮੈਂ ਅੰਦਰ ਗਿਆ, ਜਦੋਂ ਮੈਂ ਕੁਰਸੀ ਲੱਗਿਆ ਅਤੇ ਨਾਲ ਦੀ ਨਾਲ ਪਾਲ ਪੁੱਟ ਕਰਤਾ, ਹਜੇ ਮੈਂ ਕੁਰਸੀ 'ਤੇ ਪ੍ਰੋਪਰ ਬੈਠਿਆ ਨਹੀਂ ਹੈਗਾ ਸੀ, ਅਤੇ ਉਹਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਸਵਾਲ ਕੀਤਾ ਵੀ ਤੁਹਾਡਾ ਕੈਨੇਡਾ ਕੌਣ ਰਹਿੰਦਾ ਜੀ, ਮੈਂ ਨਹੀਂ ਦੱਸਦਾ ਪ੍ਰੋਪਰਲੀ ਮੇਰਾ ਮਤਲਬ ਜੀ। ਉਸ ਤੋਂ ਬਾਅਦ ਉਹਨੇ ਮਤਲਬ ਬਹੁਤ ਮਤਲਬ ਫਿਰ ਦੁਬਾਰਾ ਉਹਨਾਂ ਨੂੰ ਕੁਐਸਚਨ ਕੀਤਾ, ਮੈਂ ਉਹਨੂੰ ਦੱਸਤਾ ਜੀ ਇਸ ਤਰ੍ਹਾਂ ਕਰਕੇ ਮੈਂ ਆਪਦੀ ਮਿਸਿਜ਼ ਦੀ ਹੈਲਪ ਕਰਨ ਲਈ ਜਾਂ, ਅਤੇ ਉਸ ਤੋਂ ਬਾਅਦ ਉਹ ਕਹਿੰਦੇ ਓਕੇ, ਕਹਿੰਦੇ ਵੀ ਤੁਹਾਡੀ ਮਿਸਿਜ਼ ਕਿੱਥੇ ਕੰਮ ਕਰਦੇ ਨੇ? ਜਗ੍ਹਾ ਜਗ੍ਹਾ 'ਤੇ ਕੰਮ ਕਰਦੇ ਨੇ, ਦੋ ਜਗ੍ਹਾ 'ਤੇ ਕੰਮ ਕਰਦੇ ਨੇ ਉਹ, ਠੀਕ ਹੈ ਜੀ। ਅਤੇ ਫਿਰ ਮੈਨੂੰ ਕਹਿੰਦੇ ਵੀ ਮਤਲਬ ਕਿੱਥੇ ਕਿੱਥੇ ਘੁੰਮ, ਅਤੇ ਮੈਂ ਉਹ ਘੁੰਮਣ ਬਾਰੇ ਦੱਸਦਾ ਜੀ ਵੀ ਅਸੀਂ ਆਹ ਪਲੇਸ 'ਤੇ ਗਏ ਹਾਂਗੇ, ਆਹ ਅਸੀਂ ਸ਼ੋਪਿੰਗ ਵਗੈਰਾ ਕੀਤੀ, ਅਤੇ ਉਸ ਤੋਂ ਬਾਅਦ ਆਵਾਜ਼ ਆਵਾਜ਼ ਉੱਪਰ ਕਰੋ, ਆਵਾਜ਼ ਉੱਚੀ ਰੱਖੋ ਕਿਉਂਕਿ ਵਿੱਚ ਕੱਟਦਾ ਹੈ ਕੰਮ। ਹਾਂਜੀ ਆਵਾਜ਼ ਉੱਪਰ। ਉਸ ਤੋਂ ਬਾਅਦ ਮੈਂ ਮਤਲਬ 2 ਮਿੰਟ ਬੈਠਾ ਰਿਹਾ,
ਤੇ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਵੀ ਆਪਣੀ ਮੈਸੇਜ ਦੇ ਡਾਕੂਮੈਂਟ ਦਿਓ। ਮੈਂ ਉਹਨਾਂ ਨੇ ਇੱਕ ਡਾਕੂਮੈਂਟ ਮੰਗਿਆ ਮੈਥੋਂ, ਮੈਂ ਉਹਨਾਂ ਨੂੰ ਸਾਰੇ ਡਾਕੂਮੈਂਟ ਦਿੱਤੇ ਆਪਣੀ ਮੈਸੇਜ ਦੇ, ਕਿੰਨੇ ਮੇਰੇ ਕੋਲ ਹੈਗੇ ਸੀ ਉਹ ਪ੍ਰੋਪਰ ਮਤਲਬ ਬਣਾ ਕੇ ਲੈ ਕੇ ਗਿਆ ਸੀ, ਉਹਦਾ ਅਲੱਗ ਅਲੱਗ ਫਾਇਲ ਕਰਕੇ ਲੈ ਕੇ ਗਿਆ ਸੀ। ਮਤਲਬ ਉਸ ਤੋਂ ਬਾਅਦ ਕਿ ਉਹਨਾਂ ਨੂੰ ਮੈਂ ਸਾਰੇ ਡਾਕੂਮੈਂਟ ਦਿੱਤੇ, ਉਹਨਾਂ ਨੇ ਡਾਕੂਮੈਂਟ ਮੇਰੇ ਦੇਖਣ ਲੱਗ ਗਏ ਮੈਸੇਜ ਦੇ। ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਤੁਹਾਡੀ ਮੈਸੇਜ ਦੋ ਥਾਂ ਜਗ੍ਹਾ ਤੇ ਕੰਮ ਕਰਦੇ ਨੇ, ਉਹ ਮੈਨੇਜ ਕਿੱਦਾਂ ਕਰਦੇ? ਉਹ ਮਤਲਬ ਇੱਥੇ ਕਰਦੇ ਨੇ ਤੇ ਕੰਮ ਸਿੱਖਾਂ ਇੱਥੇ ਕਰਦੇ ਨੇ। ਉਸ ਤੋਂ ਬਾਅਦ ਕਹਿੰਦੇ ਠੀਕ ਆ ਓਕੇ, ਕਹਿੰਦੇ ਵੀ ਕਿੰਨੇ ਕਮਾ ਲੈਂਦੇ ਨੇ ਉਹ? ਫਿਰ ਉਹਨਾਂ ਨੂੰ ਦੱਸੋ ਜੀ ਉਹਨੇ ਕਮਾ ਲੈਂਦੇ ਨੇ। ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਆਫਟਰ ਮੈਰਿਜ ਦੀਆਂ ਤੇਰੇ ਕੋਲ ਕੋਈ ਫੋਟੋ ਹੈਗੀਆਂ ਨੇ? ਮੈਂ ਕਿਹਾ ਜੀ ਮੈਮ ਹੈਗੀਆਂ ਨੇ। ਤੇ ਉਸ ਤੋਂ ਬਾਅਦ ਚਲੋ ਮੈਨੂੰ ਕਹਿੰਦੇ ਵੀ ਦਿਖਾਓ ਸਾਨੂੰ। ਤੇ ਮੈਂ ਕਿਹਾ ਜੀ ਫੜ ਲਓ ਜੀ। ਉਹ ਕਹਿੰਦੇ ਨਹੀਂ, ਕਹਿੰਦੇ ਤੂੰ ਆਪੇ ਆਣਾ ਆਪ ਮਤਲਬ ਇੱਦਾਂ ਪੇਜ ਕਵਰ ਕਰਦਾ ਜਾ। ਤੇ ਮੈਂ ਇੱਦਾਂ ਉਹਨਾਂ ਨੂੰ ਉਹਨੇ ਕਹਿੰਦੀ ਐਲਬਮ ਕਰਕੇ ਇੱਦਾਂ, ਤੇ ਮੈਂ ਇੱਦਾਂ ਉਹਦਾ ਪੇਜ ਪਲਟਦਾ ਗਿਆ ਵਾ। ਤੇ ਉਹਨਾਂ ਨੇ ਮੇਰੀ ਸਾਰੀ ਐਲਬਮ ਦੇਖ ਲਈ ਜੀ। ਉਸ ਤੋਂ ਬਾਅਦ ਉਹਨੂੰ ਨਾਲ ਦੀ ਨਾਲ ਹੀ ਕੁਐਸਚਨ ਕੀਤਾ ਕਿ ਸਿੱਧੇ ਆਨੰਦ ਕਾਰਜ ਦਿਖਾਓ। ਉਸ ਤੋਂ ਪਹਿਲਾਂ ਸਰ ਇੱਕ ਸੋਰੀ, ਉਸ ਤੋਂ ਪਹਿਲਾਂ ਇੱਕ ਮਤਲਬ ਉਹ ਐਲਬਮ ਦੇ ਵਿੱਚ ਮੇਰੀ ਆਫਟਰ ਮੈਰਿਜ ਤੋਂ ਜਿਹੜੀਆਂ ਪਹਿਲਾਂ ਫੋਟੋਆਂ ਸੀ ਉਹਦੇ ਵਿੱਚ ਮੈਨੂੰ ਕਹਿੰਦੀ ਤੇਰੀ ਮੰਮੀ ਨਾਲ ਤਾਂ ਫੋਟੋ ਹੈ ਨਹੀਂ ਤੇਰੀ ਮੈਸੇਜ ਦੀ। ਉਹ ਕੁਦਰਤੀ ਜਦੋਂ ਮੈਂ ਅਗਲਾ ਪੇਜ ਮਤਲਬ ਪਲਟਿਆ ਤੇ ਉਹਦੇ ਵਿੱਚ ਮੇਰੀ ਮੋਮ ਦੀ ਫੋਟੋ ਸੀ, ਅਸੀਂ ਦਰਬਾਰ ਸਾਹਿਬ ਗਏ ਸੀ ਪੂਰੀ ਫੈਮਿਲੀ। ਮੈਂ ਕਿਹਾ ਜੀ ਇਹ ਮੇਰੀ ਫੈਮਿਲੀ, ਓਕੇ ਬੰਦ ਕਰ ਲਓ ਤੇ ਮੈਨੂੰ ਸਿੱਧੀ ਆਨੰਦ ਕਾਰਜ ਦੀ ਦਿਖਾਓ। ਤੇ ਮੈਂ ਉਹ ਫਾਈਲ ਬੰਦ ਕੀਤੀ ਤੇ ਦੂਸਰੀ ਮੈਂ ਐਲਬਮ ਚੱਕ ਕੇ, ਮੇਰੇ ਬੈਗ ਸੀ ਤੇ ਬੈਗ ਦੇ ਵਿੱਚੋਂ ਮੈਂ ਕੱਢ ਕੇ ਮਤਲਬ ਜਲਦੀ ਜਲਦੀ ਮੈਂ ਉਹਨਾਂ ਨੂੰ ਦਿਖਾਉਣ ਲੱਗ ਗਿਆ। ਤੇ ਜਲਦੀ ਜਲਦੀ ਦਿਖਾਉਣ ਲੱਗ ਗਿਆ ਤੇ ਉਦੋਂ ਮੈਂ ਚਾਰ ਫੋਟੋਆਂ ਦਿਖਾਤੀਆਂ। ਮੈਨੂੰ ਕਹਿੰਦੇ ਇਹ ਕੌਣ ਹੈਗੀ? ਮੈਂ ਕਿਹਾ ਜੀ ਇਹ ਮੇਰੀ ਮਤਲਬ ਮਦਰ ਇਨ ਲਾਅ ਨੇ ਜੀ, ਜਸਪ੍ਰੀਤ ਦੇ ਮੰਮਾ ਜੀ, ਇਹ ਮੇਰੇ ਮੰਮਾ ਨੇ ਜੀ। ਤੇ ਕਹਿੰਦੇ ਠੀਕ ਹੈ, ਫਾਦਰ ਸਾਹਿਬ ਕੌਣ ਨੇ? ਮੈਂ ਕਿਹਾ ਜੀ ਇਹ ਮੇਰੇ ਫਾਦਰ ਸਾਹਿਬ ਨੇ, ਇਹ ਜਸਪ੍ਰੀਤ। ਠੀਕ ਹੈ, ਕਹਿੰਦੇ ਬੰਦ ਕਰ ਲਾ। ਤੇ ਕਹਿੰਦੀ ਮੈਂ ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਸੋਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ, ਸਭ ਤੋਂ ਪਹਿਲਾਂ ਮੈਂ ਜਾਣ ਤੋਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੀ ਸੀ ਵੀ ਮੇਰੀ ਮਿਸਜ ਆ ਜਿਹੜੀ ਉਹ ਇਸ ਵਕਤ ਸਕੈਪ 'ਤੇ ਅਵੇਲੇਬਲ ਆ, ਜੇ ਤੁਹਾਨੂੰ ਕੋਈ ਵੀ ਕੁਐਸਚਨ ਆ ਉਹਨਾਂ ਨਾਲ ਕਰ ਸਕਦੇ ਹੋ। ਅਤੇ ਉਹਨਾਂ ਨੇ ਉਸ ਤੋਂ ਬਾਅਦ ਮਤਲਬ ਮੈਨੂੰ ਕੋਈ ਇੱਦਾਂ ਦਾ ਸਵਾਲ ਨਹੀਂ। ਮੈਂ ਸਰ ਖੁਦ ਕਿਸਮਤ ਮੰਨਦਾ ਵੀ ਮਤਲਬ ਮੇਰੀ ਇੰਟਰਵਿਊ ਮੈਥੋਂ ਜਿਹੜੇ ਪਹਿਲਾਂ ਇੰਟਰਵਿਊ ਦੇ ਕੇ ਆਏ ਨੇ ਉਹਨਾਂ ਦੀ 45 ਤੋਂ ਸਵਾ ਘੰਟਾ ਦੀ, ਉਹਨੇ ਮੈਨੂੰ ਇੰਨੀ ਜਲਦੀ ਪੁੱਟ ਕੀਤੇ ਕੁਐਸਚਨ ਇੰਨੀ ਜਲਦੀ, ਅਤੇ ਮੈਂ ਨਾਲ ਦੀ ਨਾਲ ਉਹਦਾ ਪ੍ਰੋਪਰ ਜਵਾਬ ਦਿੱਤਾ। ਅਤੇ ਜਿਸ ਤਰ੍ਹਾਂ ਮੈਨੂੰ ਮਤਲਬ ਵੀ ਸਾਰਾ ਉਹ ਸੀ ਮੇਰੇ ਮਾਇੰਡ ਦੇ ਵਿੱਚ। ਅਤੇ ਉਸ ਤੋਂ ਬਸ ਇੰਨਾ, ਉਦੋਂ ਬਾਅਦ ਮੈਨੂੰ ਕਹਿੰਦੇ ਵੀ ਠੀਕ ਆ ਓਕੇ, ਵੀ ਮਤਲਬ ਤੁਹਾਨੂੰ ਅਸੀਂ ਮਤਲਬ ਰਿਜ਼ਲਟ ਦੱਸ ਦਾਂਗੇ, ਮੇਲ ਕਰ ਦਾਂਗੇ, ਤੁਸੀਂ ਜਾ ਸਕਦੇ। ਉਸ ਤੋਂ ਬਾਅਦ ਮੈਨੂੰ ਦੁਬਾਰਾ ਮੈਂ ਇੱਕ ਵਾਰ ਫਿਰ ਪੁੱਛਿਆ, ਮੈਂ ਕਿਹਾ ਕੋਈ ਹੋਰ, ਉਸ ਤੋਂ ਬਾਅਦ ਮੇਰੀ ਐਂਟਰੀ ਹੋ ਗਈ। ਪਾਸਪੋਰਟ ਰਿਕੁਐਸਟ ਫਿਰ ਜਾਂਦੀ ਸਰ ਆ ਗਈ 10-15 ਮਿੰਟਾਂ 'ਚ ਜਾਂ ਕਿਸ ਤਰ੍ਹਾਂ ਠਹਿਰ ਕੇ ਆਈ? ਜਦੋਂ ਮੈਂ ਬਾਹਰ ਆਇਆ ਉਸ ਟਾਈਮ ਉਹਨਾਂ ਦਾ ਲੰਚ ਟਾਈਮ ਹੋ ਗਿਆ ਸੀ, ਮੇਰਾ ਫੋਨ ਉਹਨਾਂ ਕੋਲ ਅੰਦਰ ਸੀ ਜੀ, ਸਲਿੱਪ ਪਈ ਸੀ, ਉਹ ਸਲਿੱਪ ਦਿਖਾ ਕੇ ਉਹਨਾਂ ਨੂੰ ਫੋਨ ਫਿਰ ਮਿਲਣਾ ਸੀ। ਐਕਚੁਅਲੀ ਜਦੋਂ ਮੈਂ ਫੋਨ ਉਹਨਾਂ ਤੋਂ, ਉਹ 1 ਵਜੇ ਮਤਲਬ ਉਹਨਾਂ ਦਾ ਓਪਨ ਹੋਇਆ ਦੁਬਾਰਾ, ਫਿਰ ਮੈਂ 1 ਵਜੇ 1 ਘੰਟਾ ਮੈਂ ਵੇਟ ਕੀਤੀ। ਚਲੋ ਮੈਨੂੰ ਪਤਾ ਸੀ, ਮੈਨੂੰ ਆਪਣੇ ਆਪ 'ਤੇ ਵੀ ਇਹ ਮਤਲਬ ਮਤਲਬ ਆਪਣੇ ਆਪ ਨੂੰ ਫੀਲ ਹੋਣ ਲੱਗ ਗਿਆ ਸੀ ਮੇਰਾ ਵੀਜ਼ਾ ਗਾ। ਹਾਂਜੀ, ਤੇ ਮੈਨੂੰ ਮਤਲਬ ਏਦਾਂ ਫੀਲ ਹੋਣ ਲੱਗ ਗਿਆ ਜੀ, ਕਿਉਂਕਿ ਜਦੋਂ ਆਪਣੀ ਇੰਟਰਵਿਊ ਵਧੀਆ ਹੋਈ ਹੋਵੇ ਜੀ ਤੇ ਆਪਾਂ ਨੂੰ ਪ੍ਰੋਪਰ ਪਤਾ ਲੱਗਣ ਲੱਗ ਜਾਂਦਾ ਵੀ ਹਾਂ ਯਾਰ ਵੀ ਆਪਣੀ ਵਾਕਈ ਹੋਈ ਆ ਯਾਰ ਵਧੀਆ। ਤੇ ਉਸ ਤੋਂ ਬਾਅਦ ਮੇਰਾ ਫਰੈਂਡ ਸੀ ਨਾਲ, ਮੈਂ ਉਹਨੂੰ ਆ ਕੇ ਦੱਸ ਮੈਸੇਜ ਮੇਰੇ ਨਾਲ ਗੱਲ ਕੀਤੀ ਤਾਂ ਹੋਈ ਇੰਟਰਵਿਊ, ਮੇਰੇ ਫਰੈਂਡ ਵਾਲੇ ਫੋਨ ਤੇ ਮੈਂ ਗੱਲ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਦੱਸਿਆ ਸਾਰਾ ਕੁਛ। ਮੈਂ ਕਿਹਾ ਵੀ ਏਦਾਂ ਸਵਾਲ ਹੋਏ, ਏਦਾਂ ਸਾਰਾ ਕੁਛ ਹੋਇਆ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਮੈਨੂੰ ਪਤਾ ਵੀ ਡਨ ਹੋ ਜਾਣਾ ਆਪਣਾ। ਉਸ ਤੋਂ ਬਾਅਦ ਚਲੋ ਮੈਂ ਉਹਨਾਂ ਤੋਂ ਫੋਨ ਫੜ ਕੇ ਲਿਆ, ਜਦੋਂ ਮੈਂ ਫੋਨ ਖੋਲਿਆ ਜੀ ਔਨ ਕੀਤਾ ਤਾਂ ਮੈਨੂੰ ਏਜੰਟ ਦੇ ਘੱਟੋ ਘੱਟ 10-12 ਫੋਨ ਮਿਸ ਕਾਲਸ ਆਈਆਂ ਪਈਆਂ ਸੀ ਇਹਨਾਂ ਦੀਆਂ ਤੇ ਮੈਨੂੰ ਉੱਥੋਂ ਪ੍ਰੋਪਰ ਪਤਾ ਲੱਗ ਗਿਆ ਸੀ ਵੀ ਜਿਹੜੀ ਫਰੈਂਡ ਮੈਨੂੰ ਪਾਸਪੋਰਟ ਰਿਕੁਐਸਟ ਆ ਚੁੱਕੀ ਹੈ ਤੇ ਅੱਜ ਮੈਂ ਆਪਦਾ ਪਾਸਪੋਰਟ ਵੀ ਉਹਨਾਂ ਨੂੰ ਦੇ ਕੇ ਜੀ ਪਾਸਪੋਰਟ ਮੈਂ ਹੁਣੇ ਘਰ ਆਇਆ ਮੈਂ ਤਾਂ ਹੀ। ਅੱਜ ਜਿਹੜੇ ਤੁਸੀਂ ਏਜੰਟ ਦੀ ਗੱਲ ਕੀਤੀ ਕਿ ਏਜੰਟ ਦਾ ਫੋਨ ਆ ਗਿਆ ਸੀ, ਇਹ ਏਜੰਟ ਕੌਣ ਹੈ? ਕੋਈ ਕੈਨੇਡਾ ਤੋਂ ਏਜੰਟ, ਕੋਈ ਆਥੋਰਾਈਜ਼ਡ ਏਜੰਟ ਹੈ, ਕੋਈ ਟ੍ਰੈਵਲ ਏਜੰਟ ਹੈ ਜਿਹਨੇ ਫਾਇਦਾ ਹੀ, ਕੌਣ ਹੈ ਇਹ? ਸਰ ਇੱਥੋਂ ਮਤਲਬ ਖਾਈ ਪਿੰਡ ਤੋਂ ਆ ਜੀ, ਕਿੰਨਾ ਮੈਂ ਫਾਇਲ ਆਪ ਪਾਈ ਇੰਡੀਆ ਤੋਂ ਨੇ। ਅੱਛਾ, ਇੰਡੀਆ ਤੋਂ ਨੇ। ਉਹਨਾਂ ਦੇ ਆਪਣਾ ਈਮੇਲ ਐਡਰੈਸ, ਆਪਣਾ ਐਡਰੈਸ ਉਹਦਾ ਪਾਇਆ ਹੋਇਆ ਸੀ ਕਿ ਜੋ ਵੀ ਨੋਟੀਫਿਕੇਸ਼ਨ ਆਈ ਉੱਥੇ ਆਏਗੀ ਸਾਰੀ? ਜੀ ਜੀ ਜੀ, ਉਹਨਾਂ ਨੇ ਆਪਦੇ ਪੋਰਟਲ 'ਚ ਫਾਇਲ ਪਾਈ ਹੋਈ ਸੀ ਸਰ, ਇਸ ਕਰਕੇ ਉਹਨਾਂ ਨੂੰ ਮੇਲ ਆਉਣੀ ਜੀ।
ਪਰ ਆ ਇਹਨਾਂ ਨੇ ਜੋ ਫਾਈਲ ਤੁਹਾਡੀ ਲਾਈ ਸੀ ਪਹਿਲਾਂ ਤੇ ਜਦ ਤੁਹਾਡੀ ਇੰਟਰਵਿਊ ਆਈ ਹੈ, ਇੰਟਰਵਿਊ ਦੇ ਟਾਈਮ ਇਹਨਾਂ ਨੇ ਤੁਹਾਨੂੰ ਤੁਹਾਨੂੰ ਕੋਈ ਪੱਲਾ ਨਹੀਂ ਫੜਾਇਆ ਕੋਈ ਕਿ ਵੀ ਅਸੀਂ ਤੁਹਾਡੀ ਹੈਲਪ ਕਰਾਂਗੇ, ਫਲਾਨਾ ਕੋਚਿੰਗ ਕਰਾਂਗੇ, ਕੁਝ ਨਹੀਂ, ਉੱਥੇ ਉੱਥੇ ਬਸ ਹੋ ਗਏ ਉਹ? ਅੱਜ ਸਰ ਮੈਂ ਇਹੀ ਉਹਨਾਂ ਨੂੰ ਗੱਲ ਮੈਂ ਪ੍ਰੋਪਰ ਉਹਨਾਂ ਨੂੰ ਗੱਲ ਸਮਝਾ ਹਾਂ ਈਜ਼ੀ ਨਹੀਂ ਹੈਗੀ ਸਰ, ਮੈਂ ਉਹਨਾਂ ਨਾਲ 20 ਮਿੰਟ ਮੇਰੀ ਇਸ ਤਰ੍ਹਾਂ ਗੱਲ ਹੀ ਕੀਤੀ ਬਹੁਤ ਜਾਣਾ ਨੂੰ ਵੀ ਜਾਣਦੇ ਨੇ ਉਹ ਵੀ ਮਤਲਬ ਉਹ ਕਿੰਨਾ ਜ਼ਿਆਦਾ ਵੀ ਮਤਲਬ ਕਿੱਦਾਂ ਕਿੱਦਾਂ ਉਹ ਕੁਐਸਚਨ ਪੁੱਟ ਕਰਦੇ ਨੇ ਤੇ ਬੰਦਾ ਆਟੋਮੈਟਿਕਲੀ ਉਹਦਾ ਜਿਹੜਾ ਬੰਦਾ ਨਰਵਸ ਹੋ ਜਾਂਦਾ ਜੀ, ਪਰ ਮੈਂ ਆਪਣੇ ਆਪ 'ਤੇ ਮੈਨੂੰ ਬਹੁਤ ਯਕੀਨ ਸੀ ਅਤੇ ਮੈਂ ਆਪਦੀ ਇੰਟਰਵਿਊ ਮੈਨੂੰ ਪਤਾ ਸੀ ਜੇ ਮੈਨੂੰ 1.5 ਘੰਟਾ ਵੀ ਇੰਟਰਵਿਊ ਕਰਦੇ ਤਾਂ ਮੈਂ ਉਹਦੇ ਪ੍ਰੋਪਰ ਮਤਲਬ ਆਨਸਰ ਦੇ ਸਕਦਾ ਸੀ ਸਰ, ਮੈਨੂੰ ਇੰਨਾ ਜ਼ਿਆਦਾ ਮਤਲਬ ਆਪਣੇ ਆਪ ਹੋ ਗਿਆ ਸੀ ਇੰਟਰਵਿਊ। ਤੁਹਾਡੀ ਤਿਆਰੀ ਤੁਹਾਡੀ ਪੂਰੀ ਸੀ, ਪੂਰੀ ਕਿਤਾਬ ਤੁਸੀਂ ਪੜ੍ਹੀ ਹੈ, ਜਿੱਥੋਂ ਮਰਜ਼ੀ ਕੋਈ ਸਵਾਲ ਕੋਈ ਪੁੱਛ ਲਓ, ਕੋਈ ਗੱਲ ਨਹੀਂ ਆਪਾਂ ਦੇ ਦੇਣਗੇ ਜਵਾਬ। ਸਰ ਮੈਨੂੰ ਪੂਰਾ ਪ੍ਰੋਪਰ ਮਤਲਬ ਇਕੱਲਾ ਮੈਨੂੰ ਅੱਜ ਵੀ ਮਤਲਬ ਪੂਰਾ ਕੱਲ ਨੂੰ ਤੁਸੀਂ ਜਦ ਕੈਨੇਡਾ ਪਹੁੰਚੋਗੇ ਅਗਰ ਜੇ ਬਾਰਡਰ ਤੇ ਅਗਰ ਏਅਰਪੋਰਟ ਤੇ ਤੁਹਾਨੂੰ ਕੁਝ ਪੁੱਛ ਲਿਆ ਤੁਸੀਂ ਤਿਆਰ ਹੋ? ਹਾਂਜੀ ਹਾਂਜੀ ਬਿਲਕੁਲ ਸਰ ਬਿਲਕੁਲ ਜੀ ਜੀ। ਕਈ ਜਿਹੜੇ ਇਹਦੇ ਤੁਹਾਨੂੰ ਆਪ ਪਤਾ ਲੱਗਿਆ ਹੋਣਾ ਕਿ ਮੇਰੇ ਖਿਆਲ ਜਿੰਨੇ ਵੀ ਪੰਜਾਬ ਦੇ ਟਰੈਵਲ ਪੰਜਾਬ ਦੇ ਕੀ ਕੈਨੇਡਾ ਦੇ ਜਿਹੜੇ ਏਜੰਟ ਹੈ ਈਵਨ ਆਥੋਰਾਈਜ਼ ਲਾਇਸੈਂਸ ਕੰਸਲਟੈਂਟ ਲੋਇਰਸ ਵਗੈਰਾ ਜਿੰਨੇ ਵੀ ਹੈ ਬਹੁਤਾਂ ਨੂੰ ਨਾ ਤਾਂ ਕੋਈ ਇੰਟਰਸਟ ਹੈ ਕੋਈ ਇੰਟਰਵਿਊ ਦੇ ਬਾਰੇ, ਨਾ ਨੌਲੇਜ ਹੈ ਨਾ ਐਕਸਪੀਰੀਅੰਸ ਹੈ, ਉਹ ਮਤਲਬ ਇੰਟਰਵਿਊ ਨੂੰ ਸਮਝਦੇ ਕਿ ਕੁਛ ਨਹੀਂ ਭਾਈ ਤੁਸੀਂ ਆਪਣਾ ਪਾਸਪੋਰਟ ਮੈਰਿਜ ਸਰਟੀਫਿਕੇਟ ਲੈ ਕੇ ਚਲੇ ਜਾਓ, ਤੁਹਾਡੀ ਉਹ ਬਸ ਇੱਕ ਨਿਗਾਹ ਮਾਰ ਕੇ ਉਹਨਾਂ ਨੇ ਯੈਸ ਨੋ ਕਰ ਦੇਣਾ ਬਸ, ਅਤੇ ਇਹ ਬਿਲਕੁਲ ਗਲਤ ਹੋ ਗਿਆ ਮਤਲਬ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹਨਾਂ ਦਾ ਗਲਤ ਬਿਆਨ ਹੋ ਗਿਆ ਕਿ ਵੀ ਇੰਨਾ ਸੌਖਾ ਨਹੀਂ ਹੈ ਇਹ ਸਾਰਾ, ਬਿਲਕੁਲ ਡੂੰਘਾਈ ਤੱਕ ਪੂਰਾ ਐਕਸਰੇ ਕਰਦੇ ਹਾਂ ਤੁਹਾਡੀ ਪਰਸਨੈਲਿਟੀ ਨੂੰ। ਜੀ ਸਰ ਮੈਂ ਮਤਲਬ ਮੈਨੂੰ ਖੁਦ ਨੂੰ ਇਹ ਗੱਲ ਫੀਲ ਹੋ ਰਹੀ ਹੈ ਜੀ, ਮੈਂ ਮਤਲਬ ਇਹ ਚੀਜ਼ ਤੋਂ ਮੈਂ ਲੰਘ ਕੇ ਆਇਆ ਗਾ, ਮੈਂ ਇਹ ਗੱਲ ਨੂੰ ਪ੍ਰੋਪਰ ਮਤਲਬ ਵੇਖਣਾ ਦੱਸ ਸਕਦਾ ਗਾ ਵੀ ਜਿਹੜੀ ਇੰਟਰਵਿਊ ਹੈਗੀ ਜਿਹੜੇ ਇਨਸਾਨ ਦੀ ਇੰਟਰਵਿਊ ਆਈ ਹੈ ਕੋਈ ਐਡੀ ਕੋਈ ਈਜ਼ੀ ਗੱਲ ਨਹੀਂ ਹੈਗੀ ਸਰ, ਬਹੁਤ ਜ਼ਿਆਦਾ ਟਫ ਕੰਮ ਆ। ਜੇ ਇਨਸਾਨ ਦੀ ਤਿਆਰੀ ਪ੍ਰੋਪਰ ਆ, ਉਹਨੂੰ ਕਿਸੇ ਨੇ ਮਤਲਬ ਜਾਂ ਉਹਨੂੰ ਕੋਈ ਉਹ ਕਿਸੇ ਤੋਂ ਕੋਚਿੰਗ ਲੈ ਰਿਹਾ ਵਾ ਅਤੇ ਉਹ ਮਤਲਬ ਕਿ ਉਹਨੂੰ ਪ੍ਰੋਪਰ ਕਰਾ ਰਿਹਾ ਹੈਗਾ ਤਾਂ ਉਹੀ ਇੰਟਰਵਿਊ ਅੱਗੇ ਕੱਢ ਸਕਦਾ, ਲੇਕਿਨ ਨਹੀਂ ਜਿਹੜਾ ਬੰਦਾ ਚਾਹੇ ਉਹਨੂੰ ਕਿੰਨੀ ਵੀ ਗੱਲ ਦਾ ਮਰਜ਼ੀ ਪਤਾ ਹੋਵੇ ਆਪਦੀ ਮੈਰਿਜ ਲਾਈਫ ਦਾ, ਜਿੰਨਾ ਕੁਛ ਉਹਨੂੰ ਮਰਜ਼ੀ ਪਤਾ ਹੋਵੇ ਜਿਹੜਾ ਬੋਲਣ ਦਾ ਫਲੋ ਆ ਕਿਵੇਂ ਕਿਸੇ ਆਫਿਸਰ ਨੂੰ, ਕਿਉਂਕਿ ਦੇਖੋ ਜੀ ਉਹਨਾਂ ਦਾ ਲੇਵਲ ਆ ਜੋ ਬਹੁਤ ਹਾਈ ਕੁਆਲਿਟੀ ਦਾ ਲੇਵਲ ਹੁੰਦਾ ਉਹਨਾਂ ਦਾ, ਕਿਉਂਕਿ ਆਪਾਂ ਇੱਕ ਨੋਰਮਲ ਹੁੰਦੇ ਹਾਂ ਵੀ ਚਲੋ ਆਪਣੀ ਆਹ ਗੱਲ ਆਪਣੀ ਮੈਰਿਜ ਹੋਈ ਹੈ ਜੀ ਆਪਣੀ ਆਹ ਟਾਈਮ ਆਹ ਚੀਜ਼ ਹੋਈ ਆ, ਆਪਾਂ ਇੱਦਾਂ ਪ੍ਰੋਪਰ ਯਾਦ ਰੱਖਣਾ ਕਿਹੜੇ ਵੇਵ ਨਾਲ ਆਪਾਂ ਗੱਲ ਕਰਨੀ ਆ, ਇਹ ਆਪਾਂ ਨੂੰ ਇੱਕ ਚੰਗੀ ਕੋਚਿੰਗ ਲੈ ਕੇ ਪਤਾ ਲੱਗ ਸਕਦਾ ਜੀ, ਨਹੀਂ ਸਰ ਨਹੀਂ ਪਤਾ ਲੱਗ ਸਕਦਾ। ਤੁਸੀਂ ਇੱਕ ਗੱਲ ਹੋਰ ਕੋਈ ਨੋਟ ਕੀਤੀ ਸ਼ਾਇਦ ਕਿ ਜਦ ਵੀ ਵੀਜ਼ਾ ਆਫਿਸਰ ਕੋਈ ਸਵਾਲ ਪੁੱਛਦਾ ਹੈ ਉਹ ਐਕਸਪੈਕਟ ਕਰਦੇ ਕਿ ਤੁਸੀਂ ਉਨਾ ਹੀ ਜਵਾਬ ਦਿਓ ਅਤੇ ਸਹੀ ਜਵਾਬ ਦਿਓ, ਜੇਕਰ ਆਪਾਂ ਆਸੇ ਪਾਸੇ ਅਗਰ ਘੁੰਮਾਂਗੇ ਜਾਂ ਕੋਈ ਹੋਰ ਸਟੋਰੀ ਉਹਨਾਂ ਨੂੰ ਦੱਸਾਂਗੇ ਤਾਂ ਉਹਨਾਂ ਨੂੰ ਫੱਟ ਪਤਾ ਲੱਗ ਜਾਂਦਾ ਕਿ ਵੀ ਅਵੋਇਡ ਕਰ ਰਹੇ ਆਂਸਰ ਨੂੰ। ਸਰ ਇੱਕ ਕੁਐਸਚਨ ਉਹਨਾਂ ਨੇ ਇਹ ਵੀ ਕੀਤਾ ਸੀ ਵੀ ਤੁਹਾਡੀ ਮਿਸਿਜ ਇੰਡੀਆ ਤੋਂ ਆਈ, ਮੈਂ ਕਿਹਾ ਜੀ ਨਹੀਂ, ਕਹਿੰਦੇ ਕਿਉਂ, ਤਾਂ ਮੈਂ ਉਹਨਾਂ ਨੂੰ ਪ੍ਰੋਪਰ ਦੱਸਿਆ ਜੀ ਜਦੋਂ, ਅਤੇ ਉਹਨਾਂ ਨੇ ਮੈਨੂੰ ਉਹ ਜਦੋਂ ਮੈਂ ਪ੍ਰੋਪਰ ਉਹਨੂੰ ਦੱਸ ਰਿਹਾ ਸੀ ਨਾ ਮੈਨੂੰ ਉਹ ਵਿੱਚ ਵਿੱਚ ਦੀ ਗੁੱਡ ਗੁੱਡ ਬੋਲ ਰਹੇ ਸੀ, ਪਤਾ ਲੱਗਦਾ ਹਾਂ ਯੈਸ ਵੀ ਮਤਲਬ ਵੀ ਮੇਰੀ ਜਿਹੜੀ ਮੈਂ ਆਪਣੇ ਆਪ 'ਤੇ ਮੈਂ ਸਹੀ ਹੈਗਾ, ਮੈਂ ਉਹਨੂੰ ਪ੍ਰੋਪਰ ਸਹੀ ਜਵਾਬ ਦੇ ਰਿਹਾ ਵਾਂ। ਅਤੇ ਉਹਨੇ ਇੱਕ ਮੈਨੂੰ ਹੋਰ ਕੁਐਸਚਨ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ, ਉਹ ਵਾਰ ਵਾਰ ਮੈਨੂੰ ਇੱਕ ਚੀਜ਼ ਬਹੁਤ ਪੁੱਟ ਕਰ ਰਹੇ ਸੀ, ਤੁਹਾਡਾ ਕੋਈ ਕੈਨੇਡਾ ਰਹਿੰਦਾ, ਤੁਹਾਡਾ ਕੋਈ ਕੈਨੇਡਾ ਰਹਿੰਦਾ, ਮੈਂ ਕਿਹਾ ਨੋ ਮੇਰੀ ਮਿਸ 'ਚ ਰਹਿੰਦੀ ਹੈ ਸਿਰਫ, ਹੋਰ ਮੇਰਾ ਕੋਈ ਇੱਦਾਂ ਮਤਲਬ ਮੇਰਾ ਰਹਿੰਦਾ ਇਸ ਤਰ੍ਹਾਂ ਕਰਕੇ। ਕਈ ਲੋਕ ਇਸੇ ਗੱਲ ਤੋਂ ਕਨਫਿਊਜ਼ ਹੋ ਜਾਂਦੇ, ਵਾਰ ਵਾਰ ਤੁਹਾਨੂੰ ਪੁੱਛ ਰਿਹਾ ਤੁਹਾਡਾ ਕੋਈ ਰਹਿੰਦਾ, ਕਹਿੰਦੇ ਜੀ ਮੇਰਾ ਕੋਈ ਨਹੀਂ ਜੀ ਮੇਰਾ ਕੋਈ ਨਹੀਂ, ਉਹ ਕਹਿੰਦੇ ਤੇਰੀ ਵਾਈਫ ਨਹੀਂ ਤੇ, ਸੋ ਕਈ ਮਤਲਬ ਇਹ ਸਾਈਕੋਲੋਜੀਕਲ ਉਹਨੂੰ ਪ੍ਰੈਸ਼ਰ ਕਰਨ ਲਈ ਇਸ ਤਰ੍ਹਾਂ ਹੁੰਦਾ ਹੈ, ਪਰ ਚਲੋ ਵਧੀਆ ਰਿਹਾ। ਤੁਸੀਂ ਜਦ ਸਾਡੇ ਕੋਲ ਆਏ ਸੀ ਅਤੇ ਤੁਹਾਨੂੰ ਡਰ ਕਿਵੇਂ ਲੱਗ ਰਿਹਾ ਸੀ ਕਿ ਵੀ ਮੈਂ ਇੰਟਰਵਿਊ ਪਾਸ ਨਹੀਂ ਕਰ ਸਕਦਾ ਜਾਂ ਮੈਨੂੰ ਕੋਈ ਮੈਨੂੰ ਪਤਾ ਨਹੀਂ ਹੈ ਕੀ ਹੈ, ਤੁਹਾਨੂੰ ਕਿਸ ਤਰ੍ਹਾਂ ਦੇ ਮਤਲਬ ਕੰਸਰਨ ਤੁਹਾਡੇ ਮਨ 'ਚ ਕੀ ਸੀ, ਪੈ ਕੀ ਸੀ ਤੁਹਾਡੇ ਕਿ ਵੀ ਇਹ ਮੇਰੇ ਤੋਂ ਬਸ ਦੀ ਬਾਹਰ ਹੈ? ਸਰ ਜਦੋਂ ਮੈਂ ਫਸਟ ਟਾਈਮ ਕੇਸ ਅਪਲਾਈ ਕੀਤਾ ਸੀ ਜੀ, ਮੈਂ ਮੇਰੀ ਫਸਟ ਟਾਈਮ ਰਿਫਿਊਜ਼ ਆ ਗਿਆ ਸੀ ਜੀ ਮੇਰਾ ਕੇਸ, ਕਿ ਜਦੋਂ ਸੈਕੰਡ ਟਾਈਮ ਮੈਂ ਅਪਲਾਈ ਕੀਤਾ ਜੀ ਉਸ ਟਾਈਮ ਤੋਂ ਬਾਅਦ ਮੈਂ ਪਹਿਲਾਂ ਤਾਂ ਮੈਂ ਵੇਟ ਕਿਉਂਕਿ ਮੇਰੀ 2020 ਦੇ ਵਿੱਚ ਫਾਈਲ ਲੱਗੀ ਹੋਈ ਸੀ ਉਹ ਵੀ ਸਤੰਬਰ ਬਾਅਦ, ਕਿਉਂਕਿ ਮੈਨੂੰ ਆਲਰੇਡੀ 1.5 ਸਾਲ ਮੈਨੂੰ ਵੇਟ ਕਰਦੇ ਨੂੰ ਹੋ ਗਿਆ ਸੀ, ਅਤੇ ਜਦੋਂ ਮਤਲਬ ਮੈਂ ਵੇਟ ਕਰਦੇ ਉੱਪਰ ਦੀ ਮੈਨੂੰ ਇੰਟਰਵਿਊ ਆ ਗਈ ਜੀ, ਤਾਂ ਮੇਰੇ ਦਿਮਾਗ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਸੀ ਨਾ, ਮੈਂ ਇਸ ਟਾਈਮ ਬਹੁਤ ਜ਼ਿਆਦਾ ਮਤਲਬ ਇੱਦਾਂ ਮੈਨੂੰ ਕੁਛ ਪਤਾ ਨਹੀਂ ਲੱਗ ਰਿਹਾ ਸੀ, ਮੈਂ ਵਾਰ ਵਾਰ ਕਿਤੇ ਕਿਸੇ ਨੂੰ ਫੋਨ ਕਰਾਂ
ਗੱਲ ਹੋਈ ਸਾਰੀ ਤੁਹਾਡੇ ਨਾਲ, ਉਸ ਤੋਂ ਬਾਅਦ ਮੈਂ ਤੁਹਾਡੀ ਆਵਾਜ਼ ਵਿੱਚ ਵਿੱਚ ਨਾ ਥੋੜ੍ਹੀ ਬ੍ਰੇਕ ਹੁੰਦੀ ਹੈ ਸ਼ਾਇਦ, ਤੁਹਾਡਾ ਬਲੂਟੂਥ ਕਰਕੇ ਆ ਤੁਹਾਡੀ ਆਵਾਜ਼ ਵਿੱਚ ਨਾ ਡਾਊਨ ਹੋ ਜਾਂਦੀ ਸਰ। ਐਨੀਵੇ, ਇੰਟਰਵਿਊ ਹਮੇਸ਼ਾ ਇੱਕ ਆਰ ਪਾਰ ਦੀ ਲੜਾਈ ਹੈ, ਹਮੇਸ਼ਾ ਭਾਵੇਂ ਉਹ 2 ਸਾਲ ਬਾਅਦ ਠਹਿਰ ਕੇ ਇੰਟਰਵਿਊ ਆਏ ਜਾਂ 2 ਵਾਰ ਰਿਫਿਊਜ਼ ਹੋ ਕਰ ਆਏ ਜਾਂ ਕੁਛ ਨਹੀਂ, ਇੰਟਰਵਿਊ ਮਤਲਬ ਇੱਕ ਤੁਹਾਨੂੰ ਮੌਕਾ ਹੈ ਕਿ ਤੁਸੀਂ ਉਸੇ ਅੱਧੇ ਘੰਟੇ ਜਾਂ 1 ਘੰਟੇ ਦੇ ਅੰਦਰ ਤੁਸੀਂ ਉਹਨੂੰ ਕਨਵਿੰਸ ਕਰ ਲਓ, ਅਜੇ ਕਰ ਸਕਦੇ ਹੋ ਤਾਂ ਕਨਵਿੰਸ ਕਰ ਲਓ, ਅਦਰਵਾਈਜ਼ ਦੁਬਾਰਾ ਇੰਟਰਵਿਊ ਆਉਣਾ ਬਹੁਤ ਹੀ ਇੱਕ ਔਖਾ ਹੈ ਕਿ ਦੁਬਾਰਾ ਇੰਟਰਵਿਊ ਆ ਜਾਏਗੀ। ਇੱਕ ਵਾਰ ਇੰਟਰਵਿਊ ਆ ਗਈ ਉਹਦੇ ਬਾਅਦ ਦੁਬਾਰਾ ਅਗਰ ਜੇ ਫੇਲ ਵੀ ਹੋ ਗਏ ਤਾਂ ਦੁਬਾਰਾ ਫਿਰ ਉਹਨਾਂ ਨੇ ਤੁਸੀਂ ਅਗਰ ਰੀਅਪਲਾਈ ਕਰਦੇ ਹੋ ਤਾਂ ਫਿਰ ਉਹ ਇੰਟਰਵਿਊ ਅਨਲੈਸ ਕੋਈ ਸਰਕਮਸਟੈਂਸਿਸ ਚੇਂਜ ਹੁੰਦਾ ਨਹੀਂ ਦੁਬਾਰਾ ਇੰਟਰਵਿਊ ਲਈ ਕਾਲ ਨਹੀਂ ਕਰਦੇ। ਸੋ ਇੱਕ ਇਹ ਲਾਈਫ ਟਾਈਮ ਓਪਰਚੁਨਿਟੀ ਹੈ ਇੱਕ ਇੰਟਰਵਿਊ, ਅਗਰ ਜੇ ਤੁਹਾਨੂੰ ਇੰਟਰਵਿਊ ਆਈ, ਜਿਹੜੇ ਲੋਕ ਸੁਣ ਰਹੇ ਹੈ ਐਕਚੁਲੀ ਕਿ ਜਿਹਨਾਂ ਨੂੰ ਇੰਟਰਵਿਊ ਆ ਗਈ ਹੈ, ਆਉਣ ਦਾ ਚਾਂਸ ਹੈ ਜਿਹਨਾਂ ਦੀ ਹੈ ਕਿ ਵੀ ਇੰਟਰਵਿਊ ਆਏਗੀ, ਇਹ ਮਤਲਬ ਕਿ ਇੱਕ ਲਾਈਫ ਟਾਈਮ ਐਗਜ਼ਾਮੀਨੇਸ਼ਨ ਹੈ, ਲਾਈਫ ਟਾਈਮ ਇੱਕ ਮੌਕਾ ਹੈ ਕਿ ਤੁਸੀਂ ਕੈਨੇਡਾ ਦਾ ਇੰਟਰਵਿਊ ਵੀਜ਼ਾ ਆਫਿਸਰ ਦੇ ਸਾਹਮਣੇ, ਆਹਮਣੇ ਸਾਹਮਣੇ ਬੈਠ ਕੇ ਉਹਨਾਂ ਦੇ ਅਫਸਰ, ਫੈਡਰਲ ਅਫਸਰ ਦੇ ਸਾਹਮਣੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਰਹੇ, ਬਹੁਤ ਵੱਡਾ ਇੱਕ ਮੌਕਾ ਹੈ, ਬਹੁਤ ਵੱਡਾ ਇੱਕ 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 ਤੁਹਾਨੂੰ ਇੱਕ ਆਪਣੀ ਪ੍ਰੀਖਿਆ ਦੇਣ ਦਾ ਇੱਕ ਇੱਕ ਅਵਸਰ ਹੈ ਕਿ ਤੁਸੀਂ ਆਪਣੇ ਬਾਰੇ ਜੋ ਵੀ ਵਧੀਆ ਚੀਜ਼ਾਂ ਹੈ ਤੁਹਾਡੇ ਜਿਹੜੇ ਕੇਸ ਵਿੱਚ, ਜਾਂ ਜੈਨੂਇਨ ਮੈਰਿਜ ਹੈ, ਇਨਕਮ ਹੈ ਵਗੈਰਾ ਜੋ ਵੀ ਕੁਛ ਹੈ ਉਹਦੇ ਬਾਰੇ ਦੱਸ ਸਕਦੇ। ਚਲੋ ਵਧੀਆ ਰਿਹਾ, ਅਤੇ ਆਖਰੀ ਕੋਈ ਮੈਸੇਜ ਹੈ ਜਿਹੜੇ ਲੋਕ ਆਲਰੇਡੀ ਇਸ ਵਕਤ ਤਿਆਰੀ ਕਰ ਰਹੇ ਹੈ ਇੰਟਰਵਿਊ ਲਈ, ਉਹਨਾਂ ਲਈ ਕੀ ਕੋਈ ਮੈਸੇਜ ਹੈ? ਉਹਨਾਂ ਨੂੰ ਤੁਸੀਂ ਸਿਰਫ ਮੈਸੇਜ ਇਹ ਮੈਸੇਜ ਸਿਰਫ ਇੰਨਾ ਨਹੀਂ ਹੈ ਕਿ ਵੀ ਟ੍ਰੇਨਿੰਗ ਲਓ, ਟ੍ਰੇਨਿੰਗ ਦੇ ਇਲਾਵਾ ਹੋਰ ਕੀ ਕਰ ਸਕਦੇ ਹੈ, ਕਿਹੜੇ ਕਿਹੜੇ ਡਾਕੂਮੈਂਟ ਉਹ ਪ੍ਰਿੰਟ ਕਰ ਸਕਦੇ ਹੁਣ ਤੋਂ ਹੀ, ਜਾਂ ਕੀ ਕੁਛ ਮੈਂਟਲੀ ਉਹ ਤਿਆਰੀ ਕਰ ਸਕਦੇ ਕਿ ਵੀ ਉਹ ਇੰਟਰਵਿਊ ਲਈ ਉਹ ਪ੍ਰਪੇਅਰ ਹੋ ਜਾਣ? ਸਰ ਜਿਹੜਾ ਮਤਲਬ ਆਪਾਂ ਆਪਣੇ ਮਾਇੰਡ ਦੇ ਵਿੱਚ ਇਹ ਚੀਜ਼ਾਂ ਨੇ, ਆਪਾਂ ਨੂੰ ਜਿਹੜਾ ਆਪਾਂ ਆਫਿਸਰ ਦੇ ਸਾਹਮਣੇ ਜਾਣਾ ਤਾਂ ਆਪਾਂ ਮਤਲਬ ਉਹਨੂੰ ਦੱਸਣਾ ਹੈਗਾ ਵੀ ਜਿਹੜਾ ਸਾਡਾ ਰਿਸ਼ਤਾ ਹੈਗਾ ਉਹ ਆਹ ਵਾ, ਉਹਨੂੰ ਜਿਹੜਾ ਫੀਲ ਹੋ, ਇਕੱਲਾ ਇੱਦਾਂ ਨਹੀਂ ਹੈਗਾ ਵੀ ਆਪਾਂ ਬੋਲ ਕੇ ਦੱਸਤਾ ਕਿ ਹਾਂ ਵੀ ਸਾਡੀ ਕਿਉਂਕਿ ਆਪਾਂ ਉੱਥੇ ਆਫਿਸਰ ਨੂੰ ਇਹ ਗੱਲ ਮਤਲਬ ਆਪਾਂ ਨੂੰ ਬੋਲਣ ਦਾ ਤੇ ਜਿੰਨਾ ਅਫਸਰ ਨੇ ਆਪਾਂ ਨੂੰ ਸਵਾਲ ਕੀਤਾ ਉਹਨਾਂ ਦਾ ਜਵਾਬ ਦੇਣਾ, ਤੇ ਆਪਦੇ ਜਿਹੜੇ ਡਾਕੂਮੈਂਟ ਨੇ ਉਹਨਾਂ ਨੂੰ ਆਪਾਂ ਕਿੱਦਾਂ ਮਤਲਬ ਇਹ ਵੀ ਇੱਕ ਮੇਨ ਹੈ ਜੀ, ਜਿਵੇਂ ਆਪਾਂ ਡਾਕੂਮੈਂਟ ਰੱਖ ਲਏ ਆਪਾਂ ਇੱਦਾਂ ਉਹਨੂੰ ਖਿਲਾਰ ਖਿਲਾਰ ਕੇ ਆਹ ਚੀਜ਼ ਦੇਤੀ ਆਹ ਚੀਜ਼ ਦੇਤੀ, ਇਹ ਵੀ ਅਫਸਰ 'ਤੇ ਮਤਲਬ ਬਹੁਤ ਜ਼ਿਆਦਾ ਕਿਉਂਕਿ ਉਹ ਉਹਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ, ਉਹ ਵਾਰ ਵਾਰ ਕਿੱਦਾਂ ਦੇਖਣਗੇ, ਇਹਨੂੰ ਵੀ ਆਪਾਂ ਨੂੰ ਇੱਕ ਪ੍ਰੋਪਰ ਵਿਊ ਦੇ ਵਿੱਚ ਲੈ ਕੇ ਜਾਣਾ ਚਾਹੀਦਾ, ਜਿਵੇਂ ਮੈਂ ਲੈ ਕੇ ਗਿਆ ਉਹਨੂੰ, ਉਹਨੇ ਜਿਹੜੀ ਚੀਜ਼ ਦੇਖੀ, ਦੇਖੋ ਮੈਂ ਉਹਨੂੰ ਜੇ ਮੇਰੀ ਬੈਂਕ ਸਟੇਟਮੈਂਟ ਸੀ ਉਹ 'ਤੇ ਮੇਰਾ ਸਟੇਪਲਰ ਕੀਤਾ ਹੋਇਆ ਸੀ, ਉਹਨਾਂ ਨੇ ਇੱਦਾਂ ਚੱਕੀ, ਉਹਨਾਂ ਨੂੰ ਪਤਾ ਲੱਗਿਆ ਬੈਂਕ ਸਟੇਟਮੈਂਟ ਅਲੱਗ ਹੋ ਗਈ, ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਮੇਰੇ ਮਤਲਬ ਪੇ ਸਟੇਟ ਮੰਗੇ ਉਹ ਮੈਂ ਅਲੱਗ ਭੇਜਿਆ ਉਹਨਾਂ ਨੂੰ, ਇੱਦਾਂ ਮਤਲਬ ਸਾਰੀਆਂ ਚੀਜ਼ਾਂ ਮੇਰੀਆਂ ਅਲੱਗ ਅਲੱਗ ਉਹਨਾਂ ਨੂੰ ਮੇਰੀ ਮੈਸੇਜ ਦੀਆਂ ਸਾਰੀਆਂ ਪ੍ਰੋਵਾਈਡ ਕਰਤੀਆਂ ਸੀ, ਅਤੇ ਇੱਦਾਂ ਕਰਕੇ ਉਹ ਮੇਰੇ 'ਤੇ ਮਤਲਬ ਉਹਨਾਂ ਨੇ ਇੰਟਰਵਿਊ, ਮੈਨੂੰ ਇਹ ਗੱਲ ਸਰ ਆਪਣੇ ਆਪ ਨੂੰ ਮਤਲਬ ਬਹੁਤ ਜਿਹੜੀਆਂ ਮੈਂ ਫਾਈਲ ਲੈ ਕੇ ਗਿਆ ਸੀ ਕਿੱਦਾਂ ਮੈਂ ਬਣਾਈਆਂ ਨੇ, ਥੋੜ੍ਹੀ ਜਿਹੀ ਉਹਦੇ ਮਿਹਨਤ ਤਾਂ ਮੇਰੀ ਜ਼ਰੂਰ ਹੋਈ ਹੈ, ਤੁਹਾਡੇ ਪੈਸੇ ਵੀ ਖਰਚ ਹੋਏ ਨੇ, ਲੇਕਿਨ ਮਤਲਬ ਜਿਵੇਂ ਆਪਾਂ ਅਕਸਰ ਝੋਲੇ 'ਚ ਲੈ ਜਾਂਦੇ ਜੀ ਉੱਥੇ ਚੱਕ ਕੇ, ਜਿਵੇਂ ਕਿ ਪਿੰਡਾਂ ਦਾ ਮਾਹੌਲ ਹੁੰਦਾ, ਇੱਦਾਂ ਹੱਥ 'ਚ ਫੜ ਕੇ ਲੈ ਜਾਂਦੇ ਆ ਚੀਜ਼, ਨਹੀਂ ਇਹ ਚੀਜ਼ ਵਧੀਆ ਨਹੀਂ ਹੈਗੀ। ਆਫਿਸਰ ਦੇ ਸਾਹਮਣੇ ਜਾਣਾ, ਆਪਾਂ ਕਿਸੇ ਅੰਬੈਸੀ ਦੇ ਸਾਹਮਣੇ ਜਾਣਾ, ਜੇ ਹੁਣ ਮੰਨ ਲਓ ਕਿ ਆਪਾਂ ਕੁੜਤਾ ਪਜਾਮਾ ਪਾ ਕੇ ਬਾਕੀ ਇੰਟਰਵਿਊ ਦੇਣ ਲੱਗ ਜਾਂਗੇ ਤਾਂ ਆਪਾਂ ਨੂੰ ਖੁਦ ਨੂੰ ਪਤਾ ਜੀ, ਅਤੇ ਇਸ ਕਰਕੇ ਵੀ ਆ ਜਿਵੇਂ ਆਪਾਂ ਪਰਸਨੈਲਿਟੀਜ਼ ਜਾਂਦੇ ਹਾਂ ਕਿ ਇੰਟਰਵਿਊ ਦੇਣ, ਉਸ ਤਰ੍ਹਾਂ ਆਪਣੇ ਮਤਲਬ ਜਿਹੜੇ ਡਾਕੂਮੈਂਟ ਨੇ ਜਾਂ ਆਪਣੀ ਫਾਈਲ ਆ ਜਾਂ ਆਪਾਂ ਬੈਗ ਲੈ ਕੇ ਜਾਂਦੇ ਹਾਂ ਅਤੇ ਨਾਲ ਲੈ ਕੇ ਜਾਂਦੇ ਹਾਂ, ਅਤੇ ਉਹ ਪ੍ਰੋਪਰ ਹੋਣਾ ਚਾਹੀਦਾ ਵਾ, ਉਹ ਅਫਸਰ ਨੂੰ ਦੇਖਣ ਨੂੰ ਵੀ ਅਫਸਰ ਪਹਿਲਾਂ ਹੀ ਇਹ ਗੱਲ 'ਤੇ ਗਾਈਡ ਕਰਦਾ ਵੀ ਹਾਂ ਯਾਰ ਇਹ ਬੰਦਾ ਕੁੱਤਾ ਮਤਲਬ ਇੱਥੇ ਲਾਈਫ ਪੈਣ ਕਿੱਦਾਂ ਜੀ ਦੇਖਾ ਜਾਂਦਾ, ਇਹ ਸਾਰੀਆਂ ਚੀਜ਼ਾਂ ਬਹੁਤ ਪ੍ਰਭਾਵਿਤ ਕਰਦੀਆਂ ਨੇ ਵੀ ਇਹ ਚੀਜ਼ਾਂ 'ਤੇ ਆਪਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਗਾ। ਚਲੋ ਬਹੁਤ ਵਧੀਆ ਲੱਗਿਆ ਕਿ ਇੱਕ ਤਾਂ ਤੁਹਾਡੀ ਪਰਸਨੈਲਿਟੀ ਬੜੀ ਵਧੀਆ, ਤੁਸੀਂ ਤਿਆਰੀ ਕਰਕੇ ਗਏ ਅਤੇ ਇੰਟਰਵਿਊ ਵੀ ਤੁਸੀਂ ਪਤਾ ਕਰ ਲਈ ਅਤੇ ਹੁਣ ਪਾਸਪੋਰਟ ਵੀ ਚਲਾ ਗਿਆ, ਹੁਣ ਮੇਰੇ ਖਿਆਲ ਹੈ ਕਿ 10-15 ਦਿਨਾਂ ਤੱਕ ਵੀਜ਼ਾ ਮਿਲ ਜਾਣਾ ਮੇਰੇ ਖਿਆਲ, ਆਵਾਜ਼ ਨਹੀਂ ਆ ਰਹੀ ਕਲੀਅਰ, ਆਵਾਜ਼ ਕਲੀਅਰ ਨਹੀਂ ਆ ਰਹੀ, ਏਜੰਟ ਨੂੰ ਦੇ ਕੇ ਆਇਆ ਸੀ ਜੀ ਜੀ ਜੀ, ਮਤਲਬ ਕਿ ਹੁਣ ਤਿਆਰੀ ਹੈ ਮਤਲਬ ਕਿ ਇਸੇ ਮਹੀਨੇ ਤੱਕ ਜਾਣ ਦੀ, ਜੁਲਾਈ ਤੋਂ ਪਹਿਲਾਂ ਪਹਿਲਾਂ
मैं जी चला जाऊंगा जी, एंड तक मेरी संभावना है कि मैं एंड आज कल मैं टिकट का देख रहा जी, भी लास्ट दे विच टिकट का कर रहे हैं जी आमी मेरे। किन्ने किन्ने दी मिल रही टिकटा, महंगी मिल रही है, किन्नी मिल रही टिकटा? 1,40,000 ਦੇ वन वे वन वन सिंगल वे मतलब दिल्ली टू टोरंटो जी जी। वो कई बार गुरचरण मैनू लोग सवाल पूछते हैं कि भी मैनू पूछते हैं कि भी तुम्हारी फीस बहुत ज़्यादा है तुसी जी, ट्रेनिंग फीस कोचिंग फीस तुसी बहुत लेंदे हो। मैं क्या भी जेड़ा वीज़ा तुम्हें मिल रहा है उसकी कोई कीमत है इस वक्त? सर मैं तुम्हें तुम्हारी गल बहुत वधिया तुसी क्वेश्चन किया है, मैं भी सोची सी गल, पर अज मैनू जेड़ा रिजल्ट मिलिया मैनू पैसे जमा याद नहीं है जी, क्योंकि जदों आप एक चंगा मतलब कोई भी चाहे स्कूल ला लो चाहे चंगा अध्यापक ला लो चाहे कोई इंटरव्यू की तैयारी करता कोई भी आ जाए वो मतलब जी आप चंगा चुनते हैं तो रिजल्ट भी चंगा आता जी, जेड़ा कि मेरा पॉजिटिव आया जी जी। पर ये देखो कि सिर्फ एक स्नेहा देने लिए मैं यूज़ कर रहा एग्जाम्पल नूं कि जिहड़ी तुसी अज एयरलाइन की हवाई जहाज टिकट खरीदोगे ठीक है, वो टिकट से ना एयर इंडिया ने ना एयर कैनेडा ने तुहानू कह देना कि भाजी तुसी सस्ती टिकट ले लो साडे तो, जो टिकट है वो टिकट उही लैनी पैनी जी ठीक है ना। ये तो आप नहीं कह सकते कि नहीं जी थोड़े जी फ्लाइट आ बहुत महंगी है जी, शताब्दी का खर्चा जी 500 रुपए की टिकट है जी, उससे जाने तो अपना दिल्ली तक तो तुम 1,25,000-1,50,000 की टिकटा क्यों बेचन दे हो तुम? उत्थे साडा जोर नहीं चलना, लेकिन जेडे कंसल्टेंट ने तुम्हें ट्रेन करना अपना दिमाग ला के तुम्हें करना उत्थे उन्होंने किंतु परंतु कर देना कि भाई तुम पैसे बहुत चार्ज करते हो मैनू वीज़ा लेने। मैं उन्होंने पूछता एक सवाल कि भाई तुम्हें जरा वीज़ा तुम्हें इशू होएगा जे 2-3 हफ्ते बाद कोई कमी है, कोई वीज़ा तुम्हें असली माल शुद्ध शुद्ध वीज़ा इशू होएगा ना, ये तो है नहीं कि उस कोई खोट है कुछ है। सो गल तो होंगी है कि भी महंगा रोए एक बार सस्ता रोए बार बार, गल तो है कि भी वीज़ा तुम्हें अच्छा। दूसरा जिन्हों को वीज़ा नहीं है जेडे इस वक्त तुम पंजाब का मार्केट देख लो भावें जलंधर वहाँ के चंडीगढ़ मोहाली जिते मर्जी देख लो, एक नॉर्मल टूरिस्ट वीज़ा लिए लोग 5-5, 6-6, 10-10 लाख कोई किसी किसी के सिचुएशन में कीमत कोई मतलब ही नहीं है, उन्होंने वीज़ा चाहिए किसी भी कीमत जी जी। इतने जा रहे हो वर्क परमिट से, जाते ही सार तुम वर्क लिए एलिजिबल हो, तुम काम करके पैसा कमा सकते हो जाते सार फ्रॉम द नैक्सट डे जी जी। कल नू तुहाडे वाइफ नाल तुहाडी PR फाइल लगनी है आफ्टर 3-4 ईयर्स, तुम PR लेनी है कैनेडा की, बहुत ये कोई ये छोटी गल नहीं है PR कि फिर PR उदा ही बैठे बैठे मिल गई जी। सो मैनू ये लगता है कई बार मैनू लगता है कि शायद असी पैसे ज़्यादा चार्ज करते नहीं, लेकिन जब मैं तुहाडे नाल जिहड़ा गल कर रहा हाँ तो मैनू लगता है कि हाँ भी कोचिंग साड़ी कामयाब हो रही है, असी पैसे चार्ज कर रहे हैं, असी भी गुजारा करना है अपना, असी खर्चा चलाना है, ऑफकोर्स इट इज़ अ बिजनेस वी हैव टू अर्न सम प्रॉफिट ऑलसो, पर अगर तुहाडा काम बन रहा है तुहानू अगर उस कीमत से वीज़ा तुहानू असली मिल रहा है तो मेरे ख्याल है इनू कहिंदे आपां विन विन सिचुएशन, तुहाडा भी काम हो रहा है तो साडा भी काम हो रहा है जी बिल्कुल सर। तो मैं बड़ी बड़ी खुशी है, अंदरों खुशी है कि तुहाडा काम हो गया, तुहाडे जिहड़े पैसे की भी कामयाबी हो गई है, तुहानू भी है कि तुहानू जो चीज़ चाहिए से मिल गई है। सो थैंक यू वेरी मच गुरचंद, असी आस करते हैं कि तुसी पहुँचो छेती छेती पहुँचो, तुसी टोरंटो पहुँचो तो कभी कोई संजोग होएगा तो टोरंटो मिलांगे। गुरचंद आवाज़ आ रही कट गया फिर, गुरचंद मेरा ख्याल है कि फ्रीज हो गया, कॉल आ रही अच्छा पिच मैं कट गया हाँ ठीक है चलो थैंक यू वेरी मच। और कोई सवाल अगर मेरे ते है तो पूछ सकते हो, बाकी बेस्ट विशेस कॉन्ग्रेचुलेशन ताड़ी जरी फ्यूचर जर्नी रही ते जाओ ते तरक्कियां करो जाके कैनेडा, तुहानू वेट कर लैंगे। थैंक यू सर, थैंक यू, सत श्री अकाल, सत श्री अकाल।